ਦੇਖ ਲੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੁੱਲ ਮਿਲਾ ਕੇ ਹੋਰ ਸਾਰੇ ਠੀਕ ਹੈ, ਵਧੀਆ। ਝੂਟ ਇੱਕ ਦੋ ਦਿਨਾਂ ਦਾ ਮੈਂ ਕਰੀ ਇੰਨਾ, ਕਿਉਂਕਿ ਗੱਲ ਐਂ ਹੋਈ ਪਈ ਹੈ ਵੀ ਰਵੀ ਹੈਗੀ ਆ ਹੋਸਪਿਟਲ 'ਚ, ਅਤੇ ਅੱਜ ਉਹਨੂੰ 10:30-11 ਦੇ ਆਸ ਪਾਸ ਮੇਰੇ ਖਿਆਲ 'ਚ ਆ 12 ਵਜੇ ਦੇ ਆਸ ਪਾਸ ਉਹਨੂੰ ਛੁੱਟੀ ਮਿਲ ਜਾਣੀ ਹੈ। 12 ਵਜੇ ਦੇ ਆਸ ਪਾਸ ਜੇ ਛੁੱਟੀ ਮਿਲ ਗਈ ਅਤੇ ਉਸ ਬਾਅਦ ਦੇਖਿਓ ਤੁਸੀਂ, ਵੈਲਕਮ ਬੇਬੀ ਦੀ ਡੈਕੋਰੇਸ਼ਨ ਹੋ ਰਹੀ ਹੈ। 2 ਬੰਦੇ ਆਏ ਹੋਏ ਨੇ ਸਜਾਉਣ ਵਾਸਤੇ, ਕੰਮ ਚੱਲ ਰਿਹਾ, ਬਟ ਤੁਹਾਨੂੰ ਦਿਖਾਊਂਗਾ ਹਰੇ ਕੀ ਚੱਲ ਰਿਹਾ। ਥੀਮ ਮੈਂ ਸੋਚੀ ਸੀ ਜਿਹੜੀ, ਵੈਸੇ ਜਿਹੜਾ ਕੋਂਬੀਨੇਸ਼ਨ ਬਣਾਇਆ ਨਾ ਵਾਈਟ ਅਤੇ ਬਲੂ ਦਾ ਬਣਾਇਆ, ਵਾਈਟ ਅਤੇ ਬਲੂ ਦਾ ਡੈਕੋਰੇਸ਼ਨ ਮੈਨੂੰ ਐਕਚੁਅਲੀ ਸੋਹਣਾ ਲੱਗਦਾ। ਬੰਦੇ ਹੈਗੇ ਨੇ ਆਪਣੇ ਸਜਾਉਣ ਵਾਲੇ ਖੜ੍ਹੇ ਨੇ, ਇੱਕ ਆਹ ਖੜ੍ਹਾ ਇੱਕ ਆਹ ਖੜ੍ਹਾ, ਅਤੇ ਕੰਮ ਚੱਲੀ ਜਾਂਦਾ ਹਜੇ। ਤੁਹਾਨੂੰ ਬਾਅਦ 'ਚ ਰਿਵੀਲ ਕਰੂੰਗਾ ਸਾਰੀ ਜਿਹੜੀ ਵੀਡੀਓ ਹੈਗੀ ਹੈ, ਠੀਕ ਹੈ। ਅਤੇ ਸਜਾਉਣ ਵੀ ਕਾਫੀ ਸੋਹਣਾ, ਬਾਕੀ ਐਂ ਲੱਗੀ ਠੀਕ ਸੀ। ਕਾਕਾ ਵੇ ਹੁਣ ਰਾਤ ਨੂੰ 10:30 ਰਾਤ ਉੱਠਿਆ, 3:30-4 ਵਜੇ, ਅਤੇ ਉਸ ਤੋਂ ਬਾਅਦ ਨਹੀਂ ਸੁੱਤਾ। ਉਸ ਤੋਂ ਬਾਅਦ ਜੀ ਚੱਲੀ ਗਈ ਆ ਪੂਰੀ, ਅਤੇ ਮੈਨੂੰ ਵੀ ਸੁੱਤੀ ਖਾਂਸੀ ਹੋਈ ਯਾਰ, ਪਤਾ ਨਹੀਂ ਕੌਣ, ਪਤਾ ਨਹੀਂ ਲੱਗਿਆ ਕੁਛ, ਹੈ ਨਾ, ਨੀਂਦ ਨਹੀਂ ਪੂਰੀ ਹੋਈ। 2-3 ਦਿਨ ਹੋ ਗਏ, ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ, ਰਾਤ ਨੂੰ ਸੁੱਤਾ ਨਹੀਂ ਜਾਂਦਾ ਜਲਦੀ। ਬਾਕੀ ਨਵੀਂ ਨੂੰ ਆਇਆ ਹਲੋ, ਇਹ ਤੁਹਾਨੂੰ ਬੁਲਾਉਣਾ ਵੀਰੇ, ਇੱਥੇ ਪਿੱਲਰ ਬਣਨਗੇ, ਪਿੱਲਰ ਬਣਨਗੇ, ਜਾਣਾ ਹੁਣ ਮੰਮੀ। ਹਾਂ ਹਾਂ ਜੀ, ਗੱਡੀ ਆ ਗਈ, ਚੱਲੇ ਘਰੇ। ਅੱਜ ਮੰਮੀ ਤਾਂ ਤਿਆਰ ਹੋ ਕੇ ਆਈ ਆ ਪੂਰੀ, ਆ ਸਾਰੇ ਨਾਲ ਤਿਆਰ ਤੇ ਲੰਮੇ ਆ, ਮੰਮੀ ਵਾਲੀ ਤਿਆਰ ਹੈ, ਤਿਆਰ ਹੋ ਗਏ। ਹੁਣ ਛੁੱਟੀ ਦਾ ਟਾਈਮ ਹੋ ਗਿਆ ਭਾਈ ਸਾਡਾ ਜਾਣ ਦਾ, ਅੱਜ ਮੇਰਾ ਪੋਤਾ ਘਰ ਜਾ ਰਿਹਾ, ਲੈ ਕੇ ਚੱਲਦੇ ਆ। ਛੁੱਟੀ ਦਾ ਟਾਈਮ ਆ, ਲਵੂ ਘਰ ਬਹੁਤ ਸੋਹਣਾ ਸਜਿਆ ਹੋਇਆ, ਘਰੇ ਜਾ ਕੇ ਭੰਗੜਾ ਪਾਵਾਂਗੇ, ਸੋਹਣਾ ਸਜਿਆ ਨਾ ਡੈਕੋਰੇਸ਼ਨ। ਹੋਰ ਖੁਸ਼ ਹੋ ਆਂਟੀ ਜੀ, ਠੀਕ ਹੈ, ਓਕੇ ਜੀ, ਵਧੀਆ ਗੱਲ ਹੈ ਜੀ।
ਚਾਚੂ ਬਣ ਗਿਆ ਦੇਖ ਚਾਚੂ ਬਣ ਗਿਆ ਚਲੋ ਇਸ ਤਰ੍ਹਾਂ ਦੀ ਡੈਕੋਰੇਸ਼ਨ ਹੋਈ ਸੀ ਵੈਲਕਮ ਬੀਬੀ ਦੀ ਲਵੂ ਉੱਥੇ ਆ ਕਾਕੇ ਦੀ ਆਵਾਜ਼ ਸੁਣ ਨਹੀਂ ਰਹੀ ਹੋਣੀ ਲੈ ਮੰਮੀ ਤਾਂ ਆਉਂਦੀ ਸੈਟਿੰਗ ਕਰਵਾਉਣ ਲੱਗ ਗਈ ਹੈ ਆਉਂਦੀ ਸੈਟਿੰਗ ਕਰਵਾਉਣ ਲੱਗ ਗਈ ਮੰਮੀ ਠੀਕ ਹੈ ਨਹੀਂ ਡਿੱਗਦਾ ਗੇਟ ਨਹੀਂ ਖੁੱਲ੍ਹਣਾ ਬਟ ਕੋਈ ਨਹੀਂ ਗੇਟ ਖੁੱਲ੍ਹ ਜੂਗਾ ਪੰਜ ਦਸ ਮਿੰਟ ਇੱਧਰ ਕਰ ਦਿਓ ਗੇਟ ਬੰਦ ਕਰ ਦਿਓ ਮੰਮਾ ਰੂਮ ਵਾਲਾ ਬਹੁਤ ਸੋਹਣਾ ਹੋ ਗਿਆ ਰੱਬ ਦੀ ਮਿਹਨਤ ਸਭ ਕੁਛ ਲਵ ਤੇ ਬੱਚਾ ਬਿਲਕੁਲ ਦੋਨੇ ਜਾਣੇ ਠੀਕ ਨੇ ਮੈਂ ਇਹੀ ਕਹਿਣਾ ਸੀਗਾ ਅਤੇ ਘਰ ਪਹੁੰਚ ਕੇ 10:30-11 ਦੇ ਵਿੱਚ ਇਹਨਾਂ ਨੇ ਆਪਾਂ ਨੂੰ ਆਸ ਪਾਸ ਕਿਹਾ ਸੀ ਵੀ ਤੁਸੀਂ ਘਰ ਆ ਜਾਇਓ ਬਟ ਆਪਾਂ ਆਏ 12:15 12:15 ਆਪਾਂ ਘਰ ਪਹੁੰਚੇ ਹਾਂ ਹੁਣ ਅਤੇ ਲਵੀ ਥੋੜ੍ਹਾ ਰੈਸਟ ਕਰ ਰਹੀ ਹੈ ਅਤੇ ਲਵੀ ਲਈ ਇੱਕ ਹੋਰ ਸਰਪ੍ਰਾਈਜ਼ ਹੈ ਛੋਟਾ ਜਿਹਾ ਅਤੇ ਉਹ ਆਪਣੇ ਆਉਂਦਾ ਸੁਣ ਲਓ ਕਾਕਾ ਜੀ ਲੱਗ ਗਏ ਰੋਣ ਪੰਜ ਦਸ ਮਿੰਟ ਹੋ ਗਏ ਉਹ ਦੇਖਿਓ ਕਿੱਡੇ ਸੋਹਣੇ ਰੱਖੇ ਨੇ ਹੈਨਾ ਵੀ ਉਹ ਦੇਖਿਓ ਸ਼ੇਰ ਕਿੱਧਰੇ ਉਹ ਕੱਲ੍ਹ ਬਹੁਤ ਸੋਹਣੇ ਸੋਹਣੇ ਗਿਫਟ ਵੀ ਰਿਸੀਵ ਹੋਏ ਨੇ ਗੁਰਜਸ ਵੀ ਲੈ ਕੇ ਆਈ ਸੀ ਸਿਮਰ ਵੀ ਲੈ ਕੇ ਆਈ ਸੀ ਸਿਮਰ ਤੇ ਹਰੀ ਆਪਣੇ ਬਲਾਡੇ ਤੋਂ ਗਿਫਟ ਬਹੁਤ ਸੋਹਣੇ ਲੈ ਕੇ ਆਏ ਸੀ ਕੱਲ੍ਹ ਅਤੇ ਥੈਂਕ ਯੂ ਬਹੁਤ ਬਹੁਤ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਨਾਮ ਦੱਸਿਆ ਸਾਨੂੰ ਨਾਮ ਸੁਜੈਸਟ ਕੀਤਾ ਅਤੇ ਬਹੁਤ ਮੇਰੇ ਖਿਆਲ 'ਚ 2-3 ਹਜ਼ਾਰ ਤੱਕ ਕਮੈਂਟ ਸੀ ਪਿਆ ਜਿਨ੍ਹਾਂ ਦਾ ਰਿਪਲਾਈ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ ਤਾਂ ਸਾਰਿਆਂ ਨੇ ਜਿਨ੍ਹਾਂ ਨੇ ਕੰਗਰੈਚੁਲੇਸ਼ਨ ਕੀਤੀ ਆਪਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਦਿੰਦੇ ਹੋ ਦਿੱਤਾ ਕਿ ਦਿੰਦੇ ਹੀ ਹੋ ਹਰ ਵਾਰੀ ਅਤੇ ਲਵ ਸਾਰੀ ਗੱਲ ਕਰਨ ਦੇ ਥੋੜ੍ਹੇ ਜਿਹੇ ਹਰਾਜ ਨਹੀਂ ਹੈਗੀ ਤਾਂ ਕਰਕੇ ਹੀ ਮੈਂ ਇਕੱਲਾ ਬੋਲੀ ਜਾਂਦਾ ਹਾਂ ਲੱਡੂ ਦੀ ਆਵਾਜ਼ ਆਈ ਜਾਂਦੀ ਹੈ ਹਾਂਜੀ ਐਕਚੁਅਲ 'ਚ ਨਾਮ ਅਸੀਂ ਰੱਖਿਆ ਨਹੀਂ ਹੈਗਾ ਅਤੇ ਨਾਮ ਬਸ ਸੋਚ ਰਿਹਾ ਵੀ ਕੀ ਨਾਮ ਐਕਚੁਅਲ 'ਚ ਤੁਸੀਂ ਬਹੁਤ ਸੋਹਣੇ ਸੋਹਣੇ ਦੱਸੇ ਹੈ ਟ੍ਰੈਂਡਿੰਗ 'ਚ ਜੋ ਚੱਲ ਰਿਹਾ ਇੱਕ ਅਵਲ ਜੋਤ ਚੱਲ ਰਿਹਾ ਅਗਮ ਜੋਤ ਚੱਲ ਰਿਹਾ ਏਕਮ ਚੱਲ ਰਿਹਾ ਈ ਅਤੇ ਏਕਮ ਚੱਲ ਰਿਹਾ ਨਾਮ ਬਹੁਤ ਸੋਹਣੇ ਆਏ ਨੇ ਮੈਂ ਇੰਨੇ ਪੜ੍ਹ ਨਹੀਂ ਸਕਿਆ ਪਰ ਮੈਨੇ ਜੋ ਜਿੰਨੇ ਕੁ ਵੀ ਰੀਡ ਕੀਤੇ ਉਹਨਾਂ 'ਚ ਮੈਨੂੰ ਟ੍ਰੈਂਡਿੰਗ 'ਤੇ ਇਹੀ ਲੱਗਿਆ ਵੀ ਸਾਰਿਆਂ ਨੇ ਇੱਕੋ ਹੀ ਨਾਮ ਬਹੁਤ ਸੁਜੈਸਟ ਕੀਤਾ ਅਵਲ ਜੋਤ ਬਾਕੀ ਦੇਖਦੇ ਹਾਂ ਕੀ ਬਣਦਾ ਹਜੇ ਕੋਈ ਨਾਮ ਸੁਜੈਸਟ ਮੈਨੇ ਪੱਕਾ ਨਹੀਂ ਰੱਖਿਆ ਹੈਗਾ ਅਤੇ ਵੈਸੇ ਹੈਗਾ ਮੈਂ ਏ 'ਤੇ ਹੀ ਰੱਖੂੰਗਾ ਨਾਮ ਤਾਂ ਬਾਕੀ ਤੁਹਾਨੂੰ ਮਿਲਦਾ ਇੱਕ ਛੋਟਾ ਸਪਾਈ ਹੋਰ ਆ ਤੁਹਾਨੂੰ ਨੈਕਸਟ ਵਲੌਗ ਦਿਖਾਵਾਂਗਾ ਇੱਥੇ ਮੈਂ ਵਲੌਗ ਨਾ ਐਂਡ ਕਰਨ ਲੱਗਿਆ ਐਕਚੁਅਲ ਵਲੌਗ ਸਵੇਰ ਦਾ ਬਣਿਆ ਹੋਇਆ ਅਤੇ ਮੈਂ ਤੁਹਾਨੂੰ ਆਹ ਆਪਾਂ ਪੋਸਟ ਕਰ ਦਈਏ ਟਾਈਮ ਹੋ ਗਿਆ ਆਪਣਾ ਬਹੁਤ ਬਹੁਤ ਅਤੇ ਥੈਂਕ ਯੂ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਜੇ ਤੱਕ ਜ਼ਰੂਰ ਕਰ ਲਿਓ ਲਵ ਨੇ ਮੈਨੂੰ ਸੌਣ ਹੁਣੀ ਹੁਣੀ ਛੁੱਟੀ ਲੈ ਕੇ ਆਈ ਘਰ ਪਹੁੰਚਿਆ ਥੈਂਕ ਯੂ ਤੁਸੀਂ ਇਹਨਾਂ ਭਰਾਵਾਂ ਨੂੰ ਪਿਆਰ ਸੁਣਿਆ ਥੈਂਕ ਯੂ